ਸੜਕ ਸੁਰੱਖਿਆ ਸਪਤਾਹ ਦੇ ਪ੍ਰਤੀ ਜਾਗਰੂਕਤਾ ਅਤੇ ਟ੍ਰੈਫਿਕ ਨਿਯਮ ਇਹਨਾਂ ਦੋਨਾਂ ਸ਼ਬਦਾਂ ਦੀ ਸਹੀ ਜਾਣਕਾਰੀ ਹੀ ਸੜਕ ਹਾਦਸੇ ਵਿੱਚ ਕਮੀ ਲਿਆ ਸਕਦੀ ਹੈ। ਕੁਝ ਇੱਦਾਂ ਦਾ ਹੀ ਪ੍ਰਯਾਸ 28ਵੇਂ ਸੜਕ ਸੁਰੱਖਿਆ ਸਪਤਾਹ ਦੀ ਸ਼ੁਰੂਆਤ ਕਰਦੇ ਹੋਏ ਜ਼ਿਲ੍ਹਾ ਕਪੂਰਥਲਾ ਪੁਲਿਸ ਦੇ ਵੱਲੋਂ ਇੱਕ ਟ੍ਰੈਫਿਕ ਕੈਂਪ ਡ੍ਰੌਪ ਟੈਸਟ ਸਰਕਾਰੀ ਹਸਪੀਟਲ ਕਪੂਰਥਲਾ ਵਿੱਚ ਨਸ਼ਾ ਛੁਡਾਓ ਕੇਂਦਰ ਵਿੱਚ ਕਰਕੇ ਕੀਤੀ ਗਈ। ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਸਹੀ ਅਰਥ ਅਤੇ ਡਰਾਈਵਰ ਵਰਗ ਦੀ ਮੈਡੀਕਲ ਫਿਟਨੈਸ ਦੇ ਉਦੇਸ਼ ਤੋਂ ਆਉਣ ਵਾਲੇ ਲਗਭਗ 17 ਦਿਨਾਂ ਤੱਕ ਜ਼ਿਲ੍ਹਾ ਕਪੂਰਥਲਾ ਦੀ ਇਹ ਮੁਹਿੰਮ ਜਾਰੀ ਰਹੇਗੀ। ਇੱਕ ਸਾਂਝ ਕੇਂਦਰ ਦਾ ਐਫਰਟ ਸੀਗਾ ਜੀ, ਜਿਹਦੇ ਵਿੱਚ ਡਾਕਟਰ ਸਾਹਿਬ ਵੀ ਸਾਡੇ ਮੈਂਬਰ ਨੇ, ਔਰ ਅਸੀਂ ਸੋਚਿਆ ਸੀਗਾ ਕਿ ਜਿੰਨੇ ਵੀ ਸਕੂਲ ਬੱਸਿਸ ਦੇ ਡਰਾਈਵਰ ਨੇ ਖਾਸ ਤੌਰ 'ਤੇ, ਉਹਨਾਂ ਦਾ ਹੈਲਥ ਚੈੱਕਅਪ ਨੋਰਮਲੀ ਅਸੀਂ ਚੈੱਕ ਕੀਤਾ ਕਿ ਸਕੂਲ ਵੱਲੋਂ ਵੀ ਜਾਂ ਆਪਣੇ ਤੌਰ 'ਤੇ ਨਹੀਂ ਹੁੰਦਾ, ਅਤੇ ਉਹਨਾਂ ਦਾ ਵੈਸੇ ਤਾਂ 6 ਮੰਥਲੀ ਜਾਂ ਐਨੂਅਲ ਹੈਲਥ ਚੈੱਕਅਪ ਹੋਣਾ ਚਾਹੀਦਾ। ਤਾਂ ਅਸੀਂ ਹੁਣ ਇਹ ਇੱਕ ਮੁਹਿੰਮ ਛੇੜੀ ਹੈਗੀ ਆ ਸਾਡਾ, ਅਸੀਂ ਜਿਹੜਾ ਇਹ ਮਹੀਨਾ ਸਪਟੰਬਰ ਦਾ ਐਜ਼ ਏ ਟ੍ਰੈਫਿਕ ਮੰਥ ਮਨਾ ਰਹੇ ਹਾਂ, ਔਰ ਅਸੀਂ ਇਹਦੇ ਵਿੱਚ ਅਵੇਅਰਨੈਸ ਕੈਂਪਸ ਲਗਾ ਰਹੇ ਹਾਂ, ਕਰ ਰਹੇ ਹਾਂ। ਉਸ ਦੇ ਦੌਰਾਨ ਹੀ ਅਸੀਂ ਇਹਨਾਂ ਨੂੰ ਵੀ ਇਨਕਰੇਜ ਕੀਤਾ, ਸਕੂਲ ਜਿੰਨੀਆਂ ਔਰਗਨਾਈਜੇਸ਼ਨਸ ਨੇ, ਸਕੂਲ ਮੈਨੇਜਮੈਂਟਸ ਨੇ, ਕਿ ਤੁਸੀਂ ਆਪਣੇ ਜਿੰਨੇ ਸਕੂਲ ਬੱਸਿਸ ਦੇ ਡਰਾਈਵਰਸ ਨੇ ਉਹਨਾਂ ਦਾ ਹੈਲਥ ਚੈੱਕਅਪ ਕਰਾਓ, ਜਿਹਦੇ ਵਿੱਚ ਕਿ ਹਰ ਤਰ੍ਹਾਂ ਦੇ ਟੈਸਟ ਹੈਗੇ, ਜਿਹਦੇ ਵਿੱਚ ਕਿ ਇਹ ਡੋਪ ਟੈਸਟ ਵੀ ਇੱਕ ਬੈਨੀਫਿਸ਼ੀਅਲ ਚੀਜ਼ ਹੈਗੀ ਹੈ, ਜਿਹੜਾ ਬੱਚੇ ਹੋਏਗਾ ਕਿ ਇਹਨਾਂ ਦੇ ਵਿੱਚੋਂ ਜੇ ਕੋਈ ਕਰਦਾ ਹੈ ਤਾਂ ਉਹਦੀ ਡੀ ਐਡਿਕਸ਼ਨ ਵਗੈਰਾ ਹੋ ਸਕੇ। ਟ੍ਰੈਫਿਕ ਵਾਲਿਆਂ ਦੀ ਮੁਹਿੰਮ ਜਿਹੜੀ ਬਹੁਤ ਵਧੀਆ ਜੀ, ਅਤੇ ਸਾਡੀ ਜ਼ਿੰਮੇਵਾਰੀ ਬਹੁਤ ਤਕੜੀ ਬਣਦੀ, ਜਿਹੜੇ ਬੱਚੇ ਲੈ ਕੇ ਆਉਂਦੇ ਜੀ, 40-50 ਬੱਚੇ ਵਿੱਚ ਹੁੰਦੇ ਆ, ਨਿੱਘੀਆਂ ਨਿੱਘੀਆਂ ਜਿੰਦਾ ਹੁੰਦਾ, ਸਾਡੇ ਅਕਸਰ ਸਾਡਾ ਸਾਰਾ ਜੀ ਉਹਨਾਂ ਸਿਰ, ਅਤੇ ਸਾਨੂੰ ਨਸ਼ਾ ਨਹੀਂ ਕਰਨਾ ਚਾਹੀਦਾ, ਕੋਈ ਵੀ ਨਸ਼ਾ ਸਿੱਧੇ ਲਈ ਹਾਨੀਕਾਰਕ ਵੀ ਆ ਨਾਲੇ। ਅਤੇ ਉੱਦਾਂ ਮਹਾਰਾਜ ਅਸੀਂ ਅਪੀਲ ਸਾਰਿਆਂ ਨੂੰ ਕਰਦੇ ਵੀ ਮੇਰੇ ਵੀਰ ਜਿੰਨੇ ਭੈਣ ਭਰਾ ਵੀ ਇਹ ਕੰਮ ਨਾ ਕਰ। ਕਪੂਰਥਲਾ ਤੋਂ ਸੱਜਣ ਦੇ ਨਾਲ ਨਰੇਸ਼ ਖੋਸਲਾ ਦੀ ਰਿਪੋਰਟ, ਚੈਨਲ 2।